ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ। ਦੱਸ ਦਈਏ ਕਿ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਔਰ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ। ਇਹ ਮਹਿੰਦਰਾ ਕਾਰ ਸੀ ਜਿਸ ਨੇ ਜ਼ੋਰਦਾਰ ਟੱਕਰ ਮਾਰੀ ਔਰ ਖੁਦ ਡਿਵਾਈਡਰ 'ਤੇ ਜਾ ਚੜ੍ਹੀ। ਇਸ ਹਾਦਸੇ ਤੋਂ ਬਾਅਦ ਕਾਰ ਦੇ ਵਿੱਚ ਸਵਾਰ ਲੋਕ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਬਾਈਕ ਅਤੇ ਚਿੱਟੇ ਰੰਗ ਦੀ ਮਹਿੰਦਰਾ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਤਸਵੀਰਾਂ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਪਿੰਡ ਕਮਾਲਪੁਰ ਥਾਣਾ ਕਾਠਗੜ੍ਹ ਬਾਈਪਾਸ ਦੇ ਨੇੜੇ ਇਹ ਹਾਦਸਾ ਹੋਇਆ। ਜਦ ਬਾਈਕ ਸਵਾਰ ਸੜਕ ਪਾਰ ਕਰਦੇ ਸਮੇਂ ਕਮਾਲਪੁਰ ਬਾਈਪਾਸ ਰੋਡ ਦੇ ਚੁਰਾਹੇ 'ਤੇ ਪਹੁੰਚੇ ਤਾਂ ਬਲਾਚੌਰ ਵੱਲੋਂ ਆ ਰਹੀ ਚਿੱਟੇ ਰੰਗ ਦੀ ਮਹਿੰਦਰਾ XUV ਕਾਰ ਨੇ ਬਾਈਕ ਨੂੰ ਟੱਕਰ ਮਾਰੀ। ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਦੇ ਵਿੱਚ ਰਖਵਾ ਦਿੱਤਾ ਔਰ ਇਸ ਹਾਦਸੇ ਦੇ ਵਿੱਚ ਹੀ ਥਾਈ ਪ੍ਰਵਾਸੀ ਮਜ਼ਦੂਰਾਂ ਦੀ ਜੋ ਬਾਈਕ 'ਤੇ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ। ਮੁਤਾਬਕ ਦੋ ਪ੍ਰਵਾਸੀ ਹੈਗੇ ਨੇ ਆਪਣੇ ਭਰਾ ਜਿਹੜੇ ਉਹਨਾਂ ਦੀ ਮੌਕੇ 'ਤੇ ਹੀ ਡੈਥ ਹੋ ਗਈ ਹੈ। ਬਾਕੀ ਮੈਂ ਦੇਖ ਰਿਹਾ ਫਿਰ ਉਹ ਤੋਂ ਬਾਅਦ ਮੈਂ ਦੱਸ ਸਕਦਾ। ਜਿਹੜੀ ਕਾਰ ਹੈ ਉਹ ਕਬਜ਼ੇ 'ਚ ਲੈ ਲਈ ਹੈ ਜੀ? ਜਿਹੜੇ ਬੰਦੇ ਆ ਮੌਕੇ 'ਤੇ ਚਲੇ ਗਏ ਕਿ ਉਰੇ ਆ ਜੀ ਜਿਹੜੇ ਡਰਾਈਵਰ ਸੀ ਕਾਰ ਵਾਲੇ? ਨਹੀਂ, ਕਾਰ ਦੇ ਵਿੱਚੋਂ ਭੱਜ ਗਏ ਨੇ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ। ਦੱਸ ਦਈਏ ਕਿ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਨੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਔਰ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ। ਇਹ ਮਹਿੰਦਰਾ ਕਾਰ ਸੀ ਜਿਸ ਨੇ ਜ਼ੋਰਦਾਰ ਟੱਕਰ ਮਾਰੀ ਔਰ ਖੁਦ ਡਿਵਾਈਡਰ 'ਤੇ ਜਾ ਚੜ੍ਹੀ। ਇਸ ਹਾਦਸੇ ਤੋਂ ਬਾਅਦ ਕਾਰ ਦੇ ਵਿੱਚ ਸਵਾਰ ਲੋਕ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਬਾਈਕ ਅਤੇ ਚਿੱਟੇ ਰੰਗ ਦੀ ਮਹਿੰਦਰਾ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਤਸਵੀਰਾਂ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਪਿੰਡ ਕਮਾਲਪੁਰ ਥਾਣਾ ਕਾਠਗੜ੍ਹ ਬਾਈਪਾਸ ਦੇ ਨੇੜੇ ਇਹ ਹਾਦਸਾ ਹੋਇਆ। ਜਦ ਬਾਈਕ ਸਵਾਰ ਸੜਕ ਪਾਰ ਕਰਦੇ ਸਮੇਂ ਕਮਾਲਪੁਰ ਬਾਈਪਾਸ ਰੋਡ ਦੇ ਚੁਰਾਹੇ 'ਤੇ ਪਹੁੰਚੇ ਤਾਂ ਬਲਾਚੌਰ ਵੱਲੋਂ ਆ ਰਹੀ ਚਿੱਟੇ ਰੰਗ ਦੀ ਮਹਿੰਦਰਾ XUV ਕਾਰ ਨੇ ਬਾਈਕ ਨੂੰ ਟੱਕਰ ਮਾਰੀ। ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪੀਟਲ ਦੇ ਵਿੱਚ ਰਖਵਾ ਦਿੱਤਾ ਔਰ ਇਸ ਹਾਦਸੇ ਦੇ ਵਿੱਚ ਹੀ ਥਾਈ ਪ੍ਰਵਾਸੀ ਮਜ਼ਦੂਰਾਂ ਦੀ ਜੋ ਬਾਈਕ 'ਤੇ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ। ਮੁਤਾਬਕ ਦੋ ਪ੍ਰਵਾਸੀ ਹੈਗੇ ਨੇ ਆਪਣੇ ਭਰਾ ਜਿਹੜੇ ਉਹਨਾਂ ਦੀ ਮੌਕੇ 'ਤੇ ਹੀ ਡੈਥ ਹੋ ਗਈ ਹੈ। ਬਾਕੀ ਮੈਂ ਦੇਖ ਰਿਹਾ ਫਿਰ ਉਹ ਤੋਂ ਬਾਅਦ ਮੈਂ ਦੱਸ ਸਕਦਾ। ਜਿਹੜੀ ਕਾਰ ਹੈ ਉਹ ਕਬਜ਼ੇ 'ਚ ਲੈ ਲਈ ਹੈ ਜੀ? ਜਿਹੜੇ ਬੰਦੇ ਆ ਮੌਕੇ 'ਤੇ ਚਲੇ ਗਏ ਕਿ ਉਰੇ ਆ ਜੀ ਜਿਹੜੇ ਡਰਾਈਵਰ ਸੀ ਕਾਰ ਵਾਲੇ? ਨਹੀਂ, ਕਾਰ ਦੇ ਵਿੱਚੋਂ ਭੱਜ ਗਏ ਨੇ।